अगर आपने हमारे YouTube चैनल को सब्सक्राइब नहीं किया है तो आपको सब्सक्राइब बटन दिख रहा है, आप इसको क्लिक कीजिए और सब्सक्राइब कर दीजिए। और साथ ही साथ बेल आइकन दिखाई दे रहा है, आप इसको भी क्लिक कीजिए और इनेबल कर दीजिए ताकि हम जब भी नई वीडियो अपलोड करें आपको उसकी नोटिफिकेशन मिल सके। ਖੁਦਾਵੰਦ ਯਿਸੂ ਮਸੀਹ ਦੇ ਜ਼ਿੰਦਾ ਜਲਾਲੀ ਅਬਦੀ ਤੇ ਬਾਬਰਕਤ ਰਾਜੇ ਤੁਹਾਨੂੰ ਸਾਰਿਆਂ ਨੂੰ ਮੇਰੇ ਤੇ ਮੇਰੇ ਪਰਿਵਾਰ ਦੇ ਤੋਂ ਜੈ ਮਸੀਹ ਦੀ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ ਤੇ ਸਾਡੇ ਮਾਣਯੋਗ ਪਾਸਟਰ ਜੀ ਦਾ ਮੈਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਇੱਕ ਵਾਰ ਫਿਰ ਮੌਕਾ ਦਿੱਤਾ ਕਿ ਮੈਂ ਤੁਹਾਡੇ ਵਿੱਚ ਖੜਾ ਹੋ ਕੇ ਪਰਮੇਸ਼ਵਰ ਦੀ ਬਾਣੀ ਨੂੰ ਕਲਾਮ ਨੂੰ ਤੁਹਾਡੇ ਨਾਲ ਵੰਡ ਸਕਾਂ। ਇਸ ਲਈ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ, ਪਾਸਟਰ ਜੀ ਦਾ ਵੀ ਧੰਨਵਾਦ ਕਰਦਾ, ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਅਸੀਂ ਇਸ ਜਗ੍ਹਾ ਤੇ ਪਾਏ ਜਾਂਦੇ ਹਾਂ ਤਾਂ ਕਿ ਅਸੀਂ ਸੰਗਤੀ ਕਰੀਏ, ਕਿਉਂਕਿ ਵਚਨ ਇਹੀ ਕਹਿੰਦਾ ਕਿ ਜਿੱਦਾਂ ਜਿੱਦਾਂ ਤੁਸੀਂ ਅੰਤ ਸਮੇਂ ਨੂੰ ਨੇੜੇ ਆਉਂਦੇ ਹੋਏ ਦੇਖੋ ਸੰਗਤੀ ਕਰਨਾ ਕੀ ਕਰੋ, ਹੋਰ ਜ਼ਿਆਦਾ ਵਧਾ ਦਿਓ। ਤੇ ਸਾਡੇ ਲਈ ਇਹ ਕੀ ਹੈ, ਇੱਕ ਬੜੀ ਇੱਕ ਭਾਗਸ਼ਾਲੀ ਗੱਲ ਆ, ਆਸ਼ੀਸ਼ ਦੀ ਗੱਲ ਆ ਕਿ ਅਸੀਂ ਜਦੋਂ ਸਮੇਂ ਅੰਤ ਦਾ ਚੱਲ ਰਿਹਾ, ਸਾਨੂੰ ਪਤਾ ਕਿ ਅਸੀਂ ਅੰਤ ਸਮੇਂ ਦੇ ਵਿੱਚ ਆ ਤੇ ਅਸੀਂ ਕੀ ਕਰ ਰਹੇ, ਸੰਗਤੀ ਜ਼ਿਆਦਾ ਤੋਂ ਜ਼ਿਆਦਾ ਕਰ ਰਹੇ ਹਾਂ। ਇਹ ਪਰਮੇਸ਼ਵਰ ਦੇ ਅਨੁਗ੍ਰਹਿ ਦਾ ਸਬੂਤ ਆ ਕਿ ਪਰਮੇਸ਼ਵਰ ਦਾ ਅਨੁਗ੍ਰਹਿ ਸਾਡੇ ਤੇ ਬਰਕਰਾਰ ਬਣਿਆ ਹੋਇਆ। ਹਾਲੇਲੂਯਾ। ਅੱਜ ਅਸੀਂ ਪਰਮੇਸ਼ਵਰ ਦੇ ਕਲਾਮ ਦੇ ਵਿੱਚੋਂ ਸਿੱਖਾਂਗੇ, ਜਾਣਾਂਗੇ ਕਿ ਪਰਮੇਸ਼ਵਰ ਦਾ ਕਲਾਮ ਅੱਜ ਸਾਡੇ ਨਾਲ ਕੀ ਗੱਲ ਕਰਨਾ ਚਾਹੁੰਦਾ। ਆਈਏ ਪਰਮੇਸ਼ਵਰ ਦੇ ਕਲਾਮ ਦੀ ਔਰ ਜਾਣ ਤੋਂ ਪਹਿਲਾਂ ਅਸੀਂ ਆਪਣੇ ਸਰਾਂ ਨੂੰ ਝੁਕਾਈਏ, ਆਪਣੀਆਂ ਅੱਖਾਂ ਨੂੰ ਬੰਦ ਕਰੀਏ, ਆਪਣੇ ਹਿਰਦਿਆਂ ਨੂੰ ਤਿਆਰ ਕਰੀਏ ਤਾਂ ਕਿ ਪਰਮੇਸ਼ਵਰ ਦਾ ਪਾਕ ਰੂਹ ਸਾਡੇ ਨਾਲ ਆਪਣੇ ਕਲਾਮ ਦੇ ਦੁਆਰਾ ਕੀ ਕਰ ਸਕੇ, ਗੱਲਬਾਤ ਕਰ ਸਕੇ। ਹਾਲੇਲੂਯਾ। ਆਈਏ ਅਸੀਂ ਪ੍ਰਾਰਥਨਾ ਕਰਾਂਗੇ। ਸਵਰ ਸ਼ਕਤੀਮਾਨ ਪਿਤਾ ਪਰਮੇਸ਼ਵਰ ਯੇਸ਼ੂ ਨਾਸਰੀ ਜੀ, ਤੁਹਾਡੇ ਚਰਨਾਂ 'ਚ ਆਉਂਦੇ ਹਾਂ ਪਿਤਾ ਪਰਮੇਸ਼ਵਰ। ਪਿਤਾ ਪਰਮੇਸ਼ਵਰ ਇਸ ਚੱਲਦੀ ਹੋਈ ਆਰਾਧਨਾ ਨੂੰ ਪ੍ਰਭੂ ਜੀ ਤੁਹਾਡੇ ਹੱਥਾਂ 'ਚ ਸੌਂਪਦੇ ਹਾਂ ਪਿਤਾ ਪਰਮੇਸ਼ਵਰ। ਪ੍ਰਭੂ ਜੀ ਮੈਂ ਆਪਣੇ ਆਪ ਨੂੰ, ਆਪਣੇ ਸਰੀਰ ਆਤਮਾ ਪ੍ਰਾਣ ਨੂੰ ਪ੍ਰਭੂ ਤੁਹਾਡੇ ਚਰਨਾਂ 'ਚ ਦਿੰਦਾ ਪਿਤਾ ਪਰਮੇਸ਼ਵਰ। ਮੈਂ ਨਹੀਂ ਪ੍ਰਭੂ ਜੀ ਤੁਹਾਡਾ ਪਾਕ ਰੂਹ ਪਿਤਾ ਪਰਮੇਸ਼ਵਰ ਮੇਰੇ ਚੋਦੇ ਹੋ ਕੇ ਬੋਲਨੇ ਪਾਏ ਪਿਤਾ ਪਰਮੇਸ਼ਵਰ। ਪ੍ਰਭੂ ਜੀ ਮੇਰੀ ਕੋਈ ਖੂਬੀ ਲਿਆਕਤ ਪਿਤਾ ਪਰਮੇਸ਼ਵਰ, ਕੋਈ ਔਕਾਤ ਕੋਈ ਬੁੱਕਤ ਨਹੀਂ ਆ ਪਿਤਾ ਪਰਮੇਸ਼ਵਰ। ਅਸੀਂ ਇੱਕ ਬਰਤਨ ਆ ਪ੍ਰਭੂ ਜੀ, ਸਾਨੂੰ ਇਸਤੇਮਾਲ ਕਰਨ ਵਾਲੇ ਤੁਸੀਂ ਹੋ ਤੇ ਤੁਸੀਂ ਇਸਤੇਮਾਲ ਸਾਨੂੰ ਆਪਣੀ ਪਾਕ ਰੂਹ ਦੇ ਨਾਲ ਕਰ ਦਿਓ ਪਿਤਾ ਪਰਮੇਸ਼ਵਰ। ਜਿੱਦਾਂ ਪ੍ਰਭੂ ਜੀ ਹਜੇ ਤੱਕ ਤੁਸੀਂ ਆਪਣੀ ਪਾਕ ਰੂਹ ਦੇ ਦੁਆਰਾ ਪ੍ਰਭੂ ਇਸ ਆਰਾਧਨਾ ਨੂੰ ਚਲਾਉਂਦੇ ਆਏ ਹੋ, ਵਰਸ਼ਿਪ 'ਚ ਪਿਤਾ ਪਰਮੇਸ਼ਵਰ ਆਰਾਧਨਾ ਦੇ ਵਿੱਚ ਸਾਡੀ ਅਗਵਾਈ ਤੁਸੀਂ ਕੀਤੀ ਪਿਤਾ ਪਰਮੇਸ਼ਵਰ, ਉਸੇ ਰੀਤੀ ਦੇ ਨਾਲ ਪ੍ਰਭੂ ਜੀ ਹੁਣ ਤੁਸੀਂ ਪਿਤਾ ਪਰਮੇਸ਼ਵਰ ਕਲਾਮ ਦੇ ਦੁਆਰਾ ਵੀ ਸਾਡੀ ਅਗਵਾਈ ਕਰਨਾ ਪਿਤਾ ਪਰਮੇਸ਼ਵਰ। ਪਿਤਾ ਪਰਮੇਸ਼ਵਰ ਰਹਿੰਦਾ ਹੋਇਆ ਸਮੇਂ ਅਸੀਂ ਤੁਹਾਡੇ ਜ਼ੋਰਾਵਰ ਹੱਥਾਂ 'ਚ ਦਿੰਦੇ ਹਾਂ ਪਿਤਾ ਪਰਮੇਸ਼ਵਰ, ਤੁਸੀਂ ਸਾਡੀ ਪ੍ਰਾਰਥਨਾ ਨੂੰ ਸੁਣਿਆ ਤੇ ਕਬੂਲ ਕੀਤਾ, ਮੰਗ ਲੈਂਦੇ ਹਾਂ ਯੇਸ਼ੂ ਨਾਸਰੀ ਦੇ ਨਾਂ 'ਚ, ਆਮੇਨ। ਹਾਲੇਲੂਯਾ। ਅੱਜ ਜਿਹੜਾ ਅਸੀਂ ਪਰਮੇਸ਼ਵਰ ਦੀ ਬਾਣੀ 'ਚੋਂ, ਪਰਮੇਸ਼ਵਰ ਦੇ ਕਲਾਮ 'ਚੋਂ ਜੋ ਅਸੀਂ ਦੇਖਾਂਗੇ, ਸਿੱਖਾਂਗੇ, ਜਾਣਾਂਗੇ, ਅਸੀਂ ਇਹ ਦੇਖਿਆ ਕਿ ਜਿਹੜਾ ਪਰਮੇਸ਼ਵਰ ਦਾ ਰਾਜ ਆ, ਜਿਹੜਾ ਪਰਮੇਸ਼ਵਰ ਦਾ ਰਾਜ ਆ, ਉਹ ਸਿਰਫ ਕੀ ਆ, ਗੱਲਾਂ ਦਾ ਹੀ ਰਾਜ ਨਹੀਂ ਆ। ਪਰਮੇਸ਼ਵਰ ਦਾ ਰਾਜ ਇਕੱਲਾ ਗੱਲਾਂ ਦੇ ਵਿੱਚ ਨਹੀਂ ਆ, ਪਰਮੇਸ਼ਵਰ ਦਾ ਰਾਜ ਜਿਹੜਾ ਉਹ ਸਾਮਰਥੀ ਰਾਜ ਆ। ਹਾਲੇਲੂਯਾ। ਮੇਰੇ ਨਾਲ ਤੁਸੀਂ ਕੱਢੋ ਪਹਿਲਾ ਕਰਿੰਥੀਓ 4 ਅਧਿਆਏ ਉਹਦੀ 20 ਆਏ, ਪਹਿਲਾ ਕਰਿੰਥੀਓ 4 ਅਧਿਆਏ ਉਹਦੀ 20 ਆਏ। ਪਰਮੇਸ਼ਵਰ ਦਾ ਰਾਜ ਗੱਲਾਂ ਵਿੱਚ ਤਾਂ ਨਹੀਂ ਸਗੋਂ ਸਮਰਥਾ ਵਿੱਚ ਹੈ। ਹਾਲੇਲੂਯਾ। ਪਰਮੇਸ਼ਵਰ ਦਾ ਰਾਜ ਕੀ ਆ, ਗੱਲਾਂ ਦੇ ਵਿੱਚ ਨਹੀਂ ਆ, ਸਾਮਰਥ ਦੇ ਵਿੱਚ ਆ। ਯਾਨੀ ਕਿ ਅਸੀਂ ਕਹਿੰਦੇ ਹਾਂ ਕਿ ਅਸੀਂ ਮਸੀਹ ਆ, ਅਸੀਂ ਕਹਿੰਦੇ ਹਾਂ ਕਿ ਅਸੀਂ ਮਸੀਹ ਦੇ ਵਿੱਚ ਨਈ ਸ੍ਰਿਸ਼ਟੀ ਆ, ਅਸੀਂ ਕਹਿੰਦੇ ਹਾਂ ਕਿ ਅਸੀਂ ਪਰਮੇਸ਼ਵਰ ਨੂੰ ਜਾਣ ਲਿਆ, ਅਸੀਂ ਪਹਿਚਾਣ ਲਿਆ, ਅਸੀਂ ਪਰਮੇਸ਼ਵਰ ਦੇ ਕਲਾਮ ਨੂੰ ਜਾਣਦੇ ਹਾਂ ਬੜੀ ਚੰਗੀ ਤਰੀਕੇ ਨਾਲ। ਪਰ ਮੁੱਦਾ ਇਹ ਆ ਕਿ ਵਾਕਿਆ ਜਿਹੜਾ ਸਾਡਾ ਜੀਵਨ ਆ, ਉਹ ਪਰਮੇਸ਼ਵਰ ਦੇ ਕਲਾਮ ਦੇ ਅਨੁਸਾਰ ਚੱਲ ਰਿਹਾ ਕਿ ਜਿਹੜਾ ਸਾਡਾ ਉੱਠਣਾ, ਬੈਠਣਾ, ਬੋਲ ਚਾਲ, ਚੱਲਣਾ, ਫਿਰਨਾ, ਗੱਲਬਾਤ ਕਰਨਾ, ਕਿਸੇ ਦੀ ਗੱਲ ਨੂੰ ਸੁਣ ਕੇ ਉਹਦੇ ਨੂੰ ਉਹਨੂੰ ਅਸੀਂ ਜਦੋਂ ਵਾਪਸ ਇਹ ਜਵਾਬ ਦਿੰਦੇ ਹਾਂ ਕਿ ਵਾਕਿਆ ਉਹ ਜਿੱਦਾਂ ਦਾ ਪਰਮੇਸ਼ਵਰ ਨੇ ਸਾਨੂੰ ਕਿਹਾ ਸਾਡਾ ਵਿਵਹਾਰ ਹੋਣਾ ਚਾਹੀਦਾ, ਕਿ ਸਾਡਾ ਉਹ ਹੈਗਾ ਆ। ਜਦੋਂ ਮੈਂ ਕਲਾਮ ਨੂੰ ਪੜ੍ਹਦਾ, ਜਦੋਂ ਮੈਂ ਪਰਮੇਸ਼ਵਰ ਦੀ ਬਾਣੀ ਨੂੰ ਪੜ੍ਹਦਾ ਆ ਤੇ ਪਰਮੇਸ਼ਵਰ ਦਾ ਪਾਕ ਕਲਾਮ ਮੈਨੂੰ ਦੱਸ ਦਿੰਦਾ ਵੀ ਮੈਂ ਕਿੰਨੇ ਕੁ ਪਾਣੀ 'ਚ ਆ। ਪੰਜਾਬੀ 'ਚ ਕਹਿੰਦੇ ਨੇ ਇੱਕ ਕਹਾਵਤ ਆ ਕਿ ਪਤਾ ਲੱਗ ਜੂ ਵੀ ਭਾਈ ਕਿੰਨੇ ਕੁ ਪਾਣੀ 'ਚ ਆ, ਤੇ ਉਦੋਂ ਪਤਾ ਲੱਗਦਾ ਜਦੋਂ ਮੈਂ ਕਲਾਮ ਨੂੰ ਪੜ੍ਹਦਾ। ਇਹ ਕਲਾਮ ਕੀ ਹੈ, ਇੱਕ ਆਇਨਾ ਆ, ਸ਼ੀਸ਼ਾ, ਅਸੀਂ ਸਾਰੇ ਜਾਣਦੇ ਹਾਂ।
ਜਦੋਂ ਮੈਨੂੰ ਪੜ੍ਹਦਾ ਮੈਨੂੰ ਪਤਾ ਲੱਗਦਾ ਕਿ ਮੇਰਾ ਵਿਵਹਾਰ ਕਿੱਦਾਂ ਦਾ ਆ, ਮੇਰਾ ਵਿਵਹਾਰ ਮੇਰੇ ਘਰਦਿਆਂ ਦੇ ਪ੍ਰਤੀ ਕਿੱਦਾਂ ਆ, ਮੇਰਾ ਵਿਵਹਾਰ ਮੇਰੇ ਬਾਹਰ ਦਾ ਮੇਰਾ ਵਿਵਹਾਰ ਬੜਾ ਚੰਗਾ ਆ। ਬਾਹਰ ਮੈਂ ਮੇਰੇ ਵਾਈਫ ਦੇ ਨਾਲ ਜਾਂਦਾ, ਸੇਵਾ ਕਰਦੇ ਹਾਂ, ਇੱਥੇ ਆਉਂਦੇ ਹਾਂ, ਸਭ ਕੁਛ ਕਰਦੇ ਹਾਂ, ਇੱਥੇ ਮੇਰਾ ਵਿਵਹਾਰ ਕੀ ਆ ਅਲੱਗ ਆ। ਪਰ ਜੇ ਮੈਂ ਘਰੇ ਜਾਂਦਾ ਆ, ਜਦੋਂ ਕੋਈ ਛੋਟੀ ਜਿਹੀ ਵੀ ਗੱਲ ਹੋ ਜਾਏ ਕਿ ਮੇਰਾ ਵਿਵਹਾਰ ਚੇਂਜ ਹੋ ਰਿਹਾ, ਕਿ ਮੈਂ ਉਹੀ ਵਿਵਹਾਰ ਤੇ ਖੜਾ ਜਿਹੜਾ ਵਿਵਹਾਰ ਮੇਰਾ ਇੱਥੇ ਆ ਕਲੀਸੀਆ ਦੇ ਵਿੱਚ ਆ, ਕਿ ਮੇਰੇ ਵਿੱਚ ਕਿਤੇ ਦਿਖਾਵਟ ਤਾਂ ਨਹੀਂ ਆ, ਕਿ ਮੈਂ ਜਿਹੜੀਆਂ ਗੱਲਾਂ ਕਰ ਰਿਹਾ ਉਹ ਵਾਕਈ ਪਰਮੇਸ਼ਵਰ ਦੇ ਕਲਾਮ ਦੇ ਅਨੁਸਾਰ ਮੇਰਾ ਜੀਵਨ ਹੈਗਾ ਕਿ ਮੈਂ ਸਿਰਫ ਗੱਲਾਂ ਹੀ ਕਰ ਰਿਹਾ। ਪ੍ਰਭੂ ਦਾ ਦਾਸ ਪੌਲਸ ਵੀ ਇਹੀ ਕਹਿੰਦਾ, ਕਹਿੰਦਾ ਮੈਂ ਹਵਾ ਦੇ ਵਿੱਚ ਹੋਕੇ ਨਹੀਂ ਮਾਰਦਾ, ਕਹਿੰਦਾ ਮੈਂ ਬਿਨਾਂ ਨਿਸ਼ਾਨੇ ਤੋਂ ਦੌੜ ਨਹੀਂ ਰਿਹਾ। ਕਿਤੇ ਏਦਾਂ ਨਾ ਹੋਵੇ ਉਹੀ ਹਾਲ ਹੋ ਜਾਏ ਕਿ ਜਿਹੜਾ ਹੇ ਪ੍ਰਭੂ ਕਹਿੰਦਾ ਹਰੇਕ ਬੰਦਾ ਸਵਰਗ ਰਾਜ ਚ ਪ੍ਰਵੇਸ਼ ਨਹੀਂ ਕਰੂਗਾ, ਕਦੀ ਏਦਾਂ ਨਾ ਹੋ ਜਾਏ ਆਪਣੇ ਨਾਲ। ਕਿਉਂਕਿ ਪਰਮੇਸ਼ਵਰ ਦਾ ਰਾਜ ਹੈ ਗੱਲਾਂ ਚ ਨਹੀਂ, ਜੇ ਅੱਜ ਦੀ ਲੈਂਗੁਏਜ ਚ ਕਿਹਾ ਜਾਵੇ ਐਕਸ਼ਨ ਸਪੀਕ ਲਾਊਡਰ ਦੈਨ ਵਰਡਸ, ਕਿ ਜਿਹੜਾ ਸਾਡਾ ਕੰਮ ਕਰਨਾ ਆ ਉਹ ਮੈਟਰ ਕਰਦਾ ਕਿ ਸਿਰਫ ਅਸੀਂ ਗੱਲਾਂ ਕਰੀ ਜਾਈਏ। ਹੁਣ ਮੈਂ ਕਹਾਂਗੀ ਜੀ ਮੈਂ ਸੇਵਾ ਕਰਨੀ ਆ, ਉਦਾਹਰਣ ਦੇ ਤੌਰ ਤੇ ਮੈਂ ਕਹਾਂ ਮੈਂ ਸੇਵਾ ਕਰਨੀ ਆ, ਪਾਸਟਰ ਜੀ ਸਾਡੇ ਮੈਨੂੰ ਕਹਿਣਗੇ ਤੂੰ ਭਾਈ ਸਵੇਰੇ 5 ਵਜੇ ਆ ਜੀ, ਪਹਿਲਾਂ ਆਪਾਂ ਕੀ ਕਰਨੀ ਆ ਚਰਚ ਦੀ ਸਫਾਈ ਕਰਨੀ ਆ। ਹੁਣ ਮੈਂ 5 ਵਜੇ ਨਹੀਂ ਆ ਰਿਹਾ, ਮੈਂ ਸਿੱਧਾ ਹੀ ਚਰਚ 'ਚ ਆ ਰਿਹਾ, ਉਹ ਪਾਸਟਰ ਜੀ ਉੱਠਿਆ ਨਹੀਂ ਗਿਆ, ਉਹ ਕੀ ਆ ਗੱਲਾਂ ਆ। ਕਿਉਂਕਿ ਜੇ ਅਸੀਂ ਆਪਣੇ ਵੱਡਿਆਂ ਦੀ ਗੱਲ ਨਹੀਂ ਮੰਨ ਸਕਦੇ ਤਾਂ ਜਿਹੜਾ ਪਰਮੇਸ਼ਵਰ ਜਿਹਨੂੰ ਅਸੀਂ ਦੇਖਿਆ ਨਹੀਂ ਉਹਦੇ ਕਲਾਮ ਦੀ ਗੱਲ ਕਿੱਦਾਂ ਮੰਨ ਲਾਂਗੇ। ਹਾਲੇਲੂਇਆ। ਪਰਮੇਸ਼ਵਰ ਦਾ ਰਾਜ ਕੀ ਆ? ਗੱਲਾਂ ਦਾ ਨਹੀਂ ਆ, ਸਾਮਰਥ ਦਾ ਆ। ਅਸੀਂ ਦੇਖ ਸਕਦੇ ਹਾਂ ਪਤਰਸ ਦੇ ਜੀਵਨ ਤੋਂ, ਪਤਰਸ ਆਪਣੀ ਸਾਮਰਥ ਨਾਲ ਮੱਛੀਆਂ ਫੜ ਰਿਹਾ, ਨਹੀਂ ਫੜੀਆਂ ਗਈਆਂ, ਯੇਸ਼ੂ ਮਸੀਹ ਆਏ, ਉਹਨਾਂ ਨੇ ਕੀ ਕੀਤਾ, ਇੰਨੀਆਂ ਸਾਰੀਆਂ ਮੱਛੀਆਂ ਫੜ ਲਈਆਂ ਕਿ ਦੂਜੇ ਬੰਦਿਆਂ ਨੂੰ ਵੀ ਬੁਲਾਉਣਾ ਪੈ ਗਿਆ। ਸਿਰਫ ਗੱਲਾਂ ਦੇ ਨਾਲ ਅਸੀਂ ਅੱਗੇ ਨਹੀਂ ਵੱਧ ਸਕਦੇ, ਸਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦੀ ਸਾਮਰਥ ਹੋਣੀ ਚਾਹੀਦੀ ਆ। ਜਦੋਂ ਅਸੀਂ ਕਿਤੇ ਜਾਈਏ, ਕਿਸੇ ਦੇ ਨਾਲ ਮਿਲੀਏ, ਕਿਸੇ ਨੂੰ ਸੁਸਮਾਚਾਰ ਸੁਣਾਈਏ, ਕਿਸੇ ਦੇ ਲਈ ਪ੍ਰਾਰਥਨਾ ਕਰੀਏ, ਕਿਸੇ ਨੂੰ ਅਸੀਂ ਵਿਜ਼ਿਟ ਕਰਨ, ਕਿਸੇ ਨੂੰ ਮਿਲਣ ਜਾਈਏ, ਤਾਂ ਉੱਥੇ ਕੀ ਆ, ਉੱਥੇ ਪਰਮੇਸ਼ਵਰ ਦੀ ਸਾਮਰਥ ਹੋਣੀ ਚਾਹੀਦੀ ਆ। ਕਿਉਂਕਿ ਪਰਮੇਸ਼ਵਰ ਸਾਡੇ ਦੁਆਰਾ ਹੀ ਪਰਮੇਸ਼ਵਰ ਦੀ ਸਾਮਰਥ ਉਸ ਜਗ੍ਹਾ ਤੇ ਕੀ ਕਰੂਗਾ, ਰਿਲੀਜ਼ ਕਰੂਗਾ। ਹਾਲੇਲੂਇਆ। ਉਸ ਜਗ੍ਹਾ ਤੇ ਕੰਮ ਕਰੂਗਾ, ਉਹ ਆਰਾਧਨਾ ਦੇ ਦੁਆਰਾ ਹੋ ਸਕਦੀ ਆ, ਉਹ ਪ੍ਰਾਰਥਨਾ ਦੇ ਦੁਆਰਾ ਹੋ ਸਕਦੀ ਆ, ਉਹ ਕਲਾਮ ਪ੍ਰਚਾਰ ਕਰਨ ਦੇ ਦੁਆਰਾ ਹੋ ਸਕਦੀ ਆ। ਉਹ ਪਰਮੇਸ਼ਵਰ ਦੀ ਮਰਜ਼ੀ ਆ ਕਿ ਪਰਮੇਸ਼ਵਰ ਸਾਨੂੰ ਕਿੱਦਾਂ ਇਸਤੇਮਾਲ ਕਰਨਾ ਚਾਹੁੰਦਾ। ਹਾਲੇਲੂਇਆ। ਵਚਨ 'ਚ ਲਿਖਿਆ ਕਿ ਤੂੰ ਕੀ ਕਰ, ਅਗਰ ਜੇ ਤੂੰ ਬੁਰਾ ਕਿਸੇ ਨੂੰ ਦੇਖ ਲਿਆ ਆਪਣੀ ਅੱਖਾਂ ਨਾਲ, ਤੇ ਤੂੰ ਉੱਥੇ ਵਿਭਿਚਾਰ ਹੋ ਗਿਆ। ਮੈਂ ਇਸ ਚੀਜ਼ ਨੂੰ ਆਪਣੇ ਜੀਵਨ ਦੇ ਵਿੱਚ ਬੜੀ ਧਿਆਨ ਨਾਲ ਇਸ ਚੀਜ਼ ਨੂੰ ਰੱਖ ਕੇ ਚੱਲਦਾ, ਕਿਉਂਕਿ ਮੈਂ ਇੱਕ ਨੌਜਵਾਨ ਵੀ ਪਾਇਆ ਜਾਂਦਾ ਹੈ, ਵਿਚਾਰ ਵੀ ਆਉਂਦੇ ਆ, ਦੂਜੀਆਂ ਚੀਜ਼ਾਂ ਵੀ ਆਉਂਦੀਆਂ, ਪਰ ਉਹ ਵਿਚਾਰ ਜਦੋਂ ਆਉਂਦੇ ਆ ਮੇਰੇ ਅੰਦਰ, ਉਹਨਾਂ ਨੂੰ ਮੈਂ ਕੀ ਕਰਦਾ, ਪਰ ਦੁਆ ਕਰਦਾ ਪਰਮੇਸ਼ਵਰ ਦੀ ਸਾਮਰਥ ਉਤਰਦੀ ਆ ਉਹਨਾਂ ਵਿਚਾਰਾਂ ਦਾ, ਗਲਤ ਵਿਚਾਰਾਂ ਦਾ, ਨੈਗੇਟਿਵ ਵਿਚਾਰਾਂ ਦਾ, ਜਿਹੜੇ ਗਲਤ ਆ, ਜਿਹੜੇ ਸਹੀ ਵਿਚਾਰ ਨਹੀਂ ਆ, ਜਿਹੜੇ ਸਾਡੇ ਅੰਦਰ ਨਹੀਂ ਰਹਿਣੇ ਚਾਹੀਦੇ, ਉਹਨਾਂ ਦਾ ਖੰਡਨ ਜਦੋਂ ਪਰਮੇਸ਼ਵਰ ਦੀ ਸਾਮਰਥ ਉਤਰਦੀ ਆ, ਉਹ ਵਿਚਾਰ ਮੇਰੇ ਅੰਦਰੋਂ ਕੀ ਆ, ਆਟੋਮੈਟਿਕ ਨਿਕਲ ਜਾਂਦੇ। ਹਾਲੇਲੂਇਆ। ਕਿਉਂਕਿ ਪਰਮੇਸ਼ਵਰ ਦਾ ਰਾਜ ਕੀ ਆ? ਗੱਲਾਂ ਦਾ ਨਹੀਂ ਆ, ਪਰਮੇਸ਼ਵਰ ਦਾ ਰਾਜ ਜਿਹੜਾ ਹੈਗਾ ਉਹ ਸਾਮਰਥ ਦਾ ਰਾਜ ਆ। ਕਿਉਂਕਿ ਜਦ ਤੱਕ ਚੇਲਿਆਂ ਨੇ ਸਾਮਰਥ ਨਹੀਂ ਪ੍ਰਾਪਤ ਕੀਤੀ, ਖੁਦਾਵਰ ਯੇਸ਼ੂ ਮਸੀਹ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਭਾਈ ਜਾਇਓ ਨਾ ਕਿਤੇ, ਜਦੋਂ ਉਹਨਾਂ ਨੇ ਸਾਮਰਥ ਪਾ ਲਈ, ਜਦੋਂ ਪਾਖਰੂ ਦੇ ਦੁਆਰਾ ਸਾਮਰਥ ਪਾ ਲਈ, ਉਦੋਂ ਯਹੂਨਾ ਤੇ ਪਤਰਸ ਮੰਦਿਰ ਜਾ ਰਹੇ ਆ ਦੁਆ ਕਰਨ। ਉੱਥੇ ਭਿਖਾਰੀ ਬੈਠਾ ਜਨਮ ਦਾ ਹੀ ਲੰਗੜਾ, ਉਹਨਾਂ ਨੇ ਕਿਹਾ ਵੀ ਸਾਡੇ ਕੋਲ ਪੈਸੇ ਨਹੀਂ ਹੈਗੇ, ਸਾਡੇ ਕੋਲ ਸੋਨਾ ਚਾਂਦੀ ਨਹੀਂ ਹੈਗਾ। ਅਗਰ ਇਸ ਆਇਤ ਨੂੰ ਅੱਜ ਦੇ ਵਚਨ ਦੇ ਨਾਲ ਕੋਟ ਕੀਤਾ ਜਾਵੇ ਵੀ ਭਾਈ ਇਕੱਲੀਆਂ ਗੱਲਾਂ ਹੀ ਸਾਡੇ ਕੋਲ ਨਹੀਂ ਹੈਗੀਆਂ, ਸਿਰਫ ਅਸੀਂ ਇਹ ਨਾਮ ਦੇ ਮਸੀਹ ਨਹੀਂ ਆ ਵੀ ਮਸੀਹ ਵਾਲੇ ਕੱਪੜੇ ਪਾਏ ਘਰੇ ਜਾ ਕੇ ਲਾ ਕੇ ਟੰਗ ਤੇ ਫਿਰ ਸੰਡੇ ਨੂੰ ਪਾਏ ਦੁਬਾਰਾ ਆ ਗਏ। ਉਹ ਪਤਰਸ ਕਹਿੰਦਾ ਵੀ ਸਾਡੇ ਕੋਲ ਸੋਨਾ ਤੇ ਚਾਂਦੀ ਨਹੀਂ ਆ, ਸਾਡੇ ਕੋਲ ਸੋਨਾ ਤੇ ਚਾਂਦੀ ਨਹੀਂ ਆ, ਪਰ ਸਾਡੇ ਕੋਲ ਇੱਕ ਨਾਮ ਆ, ਉਹ ਨਾਮ ਕਿਹੜਾ, ਜ਼ਿੰਦਾ ਨਾਮ, ਜਲਾਲੀ ਨਾਮ, ਕੁਵਤ ਵਾਲਾ ਨਾਮ, ਹਸ਼ਮਤ ਵਾਲਾ ਨਾਮ, ਹਿੰਮਤ ਵਾਲਾ ਨਾਮ, ਤਾਕਤ ਵਾਲਾ ਨਾਮ, ਛਡਾਉਣ ਵਾਲਾ ਨਾਮ, ਬਚਾਉਣ ਵਾਲਾ ਨਾਮ, ਉਹ ਕੌਣ ਨਾਮ ਆ, ਸਾਮਰਥੀ ਨਾਮ, ਕਿਉਂਕਿ ਪਰਮੇਸ਼ਵਰ ਦਾ ਰਾਜ ਸਾਮਰਥੀ ਨਾਮ ਆ, ਉਹ ਨਾਮ ਦਾ ਨਾਮ ਕਿਹੜਾ ਆ, ਯੇਸ਼ੂ ਮਸੀਹ ਦਾ ਨਾਮ। ਹਾਲੇਲੂਇਆ। ਸਾਡਾ ਜੀਵਨ ਜਿਹੜਾ ਆ ਉਹ ਵਚਨ ਤੇ ਆਧਾਰਿਤ ਹੋਣਾ ਚਾਹੀਦਾ ਆ। ਪਿਛਲੇ ਦਿਨਾਂ 'ਚ ਮੈਂ ਸ਼ਾਇਦ ਤੁਹਾਡੇ ਨਾਲ ਵੰਡਿਆ ਸੀਗਾ ਕਿ ਮੇਰੇ ਥੱਪੜ ਮਾਰਤਾ ਸੀਗਾ ਇੱਕ, ਸਾਡੇ ਘਰ ਦੇ ਨਾਲ ਹੀ ਕਿਸੇ ਦੀ ਲੜਾਈ ਹੋ ਰਹੀ ਸੀ, ਮੈਂ ਉਹਨਾਂ ਨੂੰ ਛੁਡਾਉਣ ਗਿਆ, ਉਹਨਾਂ ਨੇ ਮੇਰੇ ਥੱਪੜ ਮਾਰਤਾ, ਥੱਪੜ ਮਾਰਿਆ, ਮੈਂ ਆਪਣੇ ਅੰਦਰ ਚਲੇ ਗਿਆ, ਉਹਨਾਂ ਨੇ ਸੋਚਿਆ ਵੀ ਕੁਛ ਲੈਣ ਗਿਆ ਵੀ ਸਾਨੂੰ ਮਾਰੂਗਾ ਕੇ, ਪਰ ਮੈਂ ਨਹੀਂ ਬਾਹਰ ਆਇਆ, ਕਿਉਂਕਿ ਪਰਮੇਸ਼ਵਰ ਦੀ ਸਾਮਰਥ ਨੇ ਮੈਨੂੰ ਉਸ ਚੀਜ਼ ਅੰਦਰੋਂ ਬਾਹਰ ਨਿਕਲਣ ਹੀ ਨਹੀਂ ਦਿੱਤਾ, ਮੈਨੂੰ ਉੱਥੇ ਹੀ ਅੰਦਰ ਹੀ ਕੀ ਆ ਬਿਠਾ ਕੇ ਰੱਖਿਆ। ਕਿਉਂਕਿ ਜਦੋਂ ਪਰਮੇਸ਼ਵਰ ਦੀ ਸਾਮਰਥ ਸਾਡੇ 'ਚ ਆ, ਪਰਮੇਸ਼ਵਰ ਦੀ ਸਾਮਰਥ ਕਦੀ ਵੀ ਸਾਨੂੰ ਗਲਤ ਕੰਮ ਕਰਨ ਦੀ ਔਰ ਨਹੀਂ ਲਿਜਾਊਗੀ।
ਪਰਮੇਸ਼ਵਰ ਦੀ ਸਾਮਰਥ ਜਿੱਥੇ ਕੰਮ ਗਲਤ ਹੋ ਰਿਹਾ ਸਾਨੂੰ ਉਸ ਜਗ੍ਹਾ ਤੋਂ ਜਾਣ ਤੇ ਕੀ ਕਰੂਗੀ? ਰੋਕ ਦੂਗੀ, ਸਾਨੂੰ ਉੱਥੇ ਹੀ ਬਿਠਾ ਦੂਗੀ। ਤਦ ਤੱਕ ਅਸੀਂ ਨਹੀਂ ਨਿਕਲ ਸਕਦੇ ਜਦ ਤੱਕ ਪਰਮੇਸ਼ਵਰ ਸਾਨੂੰ ਅਲਾਉ ਨਹੀਂ ਕਰੂਗਾ। ਕਿਉਂਕਿ ਜੇ ਉਹ ਪਰਮੇਸ਼ਵਰ ਦੀ ਸਾਮਰਥ ਕਿੱਦਾਂ ਅੰਦਰ ਆਉਂਦੀ ਹੈ? ਵਚਨ ਦੇ ਦੁਆਰਾ। ਜੇ ਮੇਰੇ ਅੰਦਰ ਵਚਨ ਨਾ ਹੁੰਦਾ ਤੇ ਮੈਨੂੰ ਕਿੱਦਾਂ ਯਾਦ ਆਉਂਦਾ ਕਿ ਕਲਾਮ 'ਚ ਲਿਖਿਆ ਜੇ ਕੋਈ ਤੇਰੇ ਇੱਕ ਗੱਲ ਤੇ ਮਾਰੇ ਤੂੰ ਦੂਜਾ ਵੀ ਗੱਲ ਕੀ ਕਰ ਉਹਦੇ ਅੱਗੇ ਗੱਲ। ਪਰਮੇਸ਼ਵਰ ਦਾ ਦਾਸ ਪੌਲਸ ਵੀ ਇਹੀ ਕਹਿੰਦਾ, ਕਹਿੰਦਾ ਨਿਰਬਲਤਾ 'ਚ ਕੀ ਆ? ਪਰਮੇਸ਼ਵਰ ਦੀ ਸਾਮਰਥ ਵਿੱਚ ਕੀ ਆ? ਛਾਇਆ ਕਰਦੀ ਹੈ। ਨਿਰਬਲ ਅਸੀਂ ਨਿਰਬਲ ਕਿਸੇ ਵੀ ਤਰੀਕੇ ਨਾਲ ਹੋ ਸਕਦੇ ਹਾਂ, ਚਾਹੇ ਅਸੀਂ ਸਰੀਰਕ ਰੀਤੀ ਨਾਲ ਹੋਈਏ, ਚਾਹੇ ਅਸੀਂ ਪੈਸੇ ਨਾਲ ਹੋਈਏ, ਚਾਹੇ ਸਾਨੂੰ ਕੋਈ ਮਾਨਸਿਕ ਦਬਾਅ ਹੋਵੇ, ਚਾਹੇ ਸਾਨੂੰ ਕੋਈ ਪਰਿਵਾਰਿਕ ਦਬਾਅ ਹੋਵੇ, ਚਾਹੇ ਉਹ ਸਾਨੂੰ ਦੁਨਿਆਵੀ ਕਿਸੇ ਤਰੀਕੇ ਦਾ ਕੋਈ ਕਿਉਂ ਨਾ ਦਬਾਅ ਹੋਵੇ। ਅੱਜ ਅਸੀਂ ਦੇਖ ਸਕਦੇ ਹਾਂ ਕਿ ਮਸੀਹਾਂ ਦੇ ਉੱਤੇ ਕਿੰਨਾ ਅਤਿਆਚਾਰ ਵੀ ਹੋ ਰਿਹਾ, ਕਿਉਂਕਿ ਜੇ ਸਾਮਰਥ ਨਹੀਂ ਆਊਗੀ ਤਾਂ ਕੱਲ੍ਹ ਨੂੰ ਮੈਂ ਕਿਤੇ ਖੜ ਕੇ ਜਿੱਥੇ ਪਰਮੇਸ਼ਵਰ ਦਾ ਵਿਦਰੋਹ ਹੋ ਰਿਹਾ ਤੇ ਮੈਂ ਉੱਥੇ ਪ੍ਰਚਾਰ ਕਰ ਰਿਹਾ ਤੇ ਮੈਂ ਜੇ ਸਾਮਰਥ ਨਹੀਂ ਆ ਤਾਂ ਮੈਂ ਉੱਥੋਂ ਭੱਜ ਲੂੰਗਾ। ਕਿਉਂਕਿ ਪਰਮੇਸ਼ਵਰ ਦਾ ਰਾਜ ਕੀ ਆ? ਗੱਲਾਂ ਦਾ ਨਹੀਂ ਆ। ਜੇ ਮੇਰੇ ਅੰਦਰ ਪਰਮੇਸ਼ਵਰ ਦੀ ਸਾਮਰਥ ਨਹੀਂ ਆ ਮੈਂ ਕੀ ਕਰੂੰਗਾ? ਮੈਂ ਉਸ ਜਗ੍ਹਾ ਤੋਂ ਭੱਜ ਜੂੰਗਾ। ਪਰ ਜੇ ਪਰਮੇਸ਼ਵਰ ਦੀ ਸਾਮਰਥ ਦੇ ਦੁਆਰਾ ਪਾਗਰੂ ਦੇ ਉਭਾਰੇ ਜਾਣ ਦੇ ਨਾਲ ਮੈਂ ਪ੍ਰਚਾਰ ਕਰ ਰਿਹਾ ਤੇ ਮੈਂ ਭੱਜੂੰਗਾ ਨਹੀਂ, ਫਿਰ ਮੈਂ ਉਹੀ ਦੁਆ ਕਰੂੰਗਾ ਜਿਹੜੀ ਸਤੀਫਨਸ ਨੇ ਕੀਤੀ ਕਿ ਪ੍ਰਭੂ ਇਹਨਾਂ ਨੂੰ ਸ਼ਮਾ ਕਰ। ਹਾਲੇਲੂਇਆ। ਕਿਉਂਕਿ ਇਹਨਾਂ ਚੀਜ਼ਾਂ ਦਾ ਸਾਨੂੰ ਅਨੁਭਵ ਕਰਨਾ ਜ਼ਿੰਦਗੀ ਦੇ ਵਿੱਚ ਜ਼ਰੂਰੀ ਆ। ਮਸੀਹ ਜੀਵਨ ਜਿਹੜਾ ਹੈਗਾ ਉਹ ਅਨੁਭਵ ਦਾ ਜੀਵਨ ਆ, ਉਹ ਗੱਲਾਂ ਦਾ ਜੀਵਨ ਨਹੀਂ ਆ। ਮਸੀਹ ਜੀਵਨ ਜਿਹੜਾ ਉਹ ਤਿਆਗ ਦਾ ਜੀਵਨ ਆ। ਮੈਂ ਇਹ ਸੋਚਦਾ ਕਿ ਸੇਵਾ ਜਿਹੜੀ ਆ, ਸੇਵਾ ਇੱਕ ਬਹੁਤ ਇੱਕ ਉਹਦੇ ਤੋਂ ਵੱਡਾ ਕੋਈ ਕੰਮ ਨਹੀਂ ਆ ਦੁਨੀਆਂ ਦੇ ਵਿੱਚ। ਕਿਉਂਕਿ ਤੁਸੀਂ ਇੱਕ ਕੰਮ ਕਰਦੇ ਹੋ, ਤੁਹਾਨੂੰ ਪਤਾ ਤੁਸੀਂ ਜਾਓਗੇ ਸਵੇਰੇ 8 to 5 ਡਿਊਟੀ ਆ, ਮਹੀਨੇ ਬਾਅਦ 20,000 ਰੁਪਏ ਮਿਲ ਜਾਣਾ। ਸੇਵਾ ਦੇ ਵਿੱਚ ਇੱਕ ਲੈਵਲ ਪਾਰ ਕੀਤਾ ਤੇ ਦੂਜਾ ਖੜਾ ਆ, ਦੂਜਾ ਲੈਵਲ ਪਾਰ ਕੀਤਾ ਤਾਂ ਤੀਜਾ ਆ, ਤੀਜਾ ਲੈਵਲ ਪਾਰ ਕੀਤਾ ਤਾਂ ਚੌਥਾ ਆ। ਸੇਵਾ ਦੇ ਵਿੱਚ ਲੈਵਲ ਵੱਧਦੇ ਆ ਤੇ ਹਰ ਇੱਕ ਲੈਵਲ 'ਚ ਪਰਮੇਸ਼ਵਰ ਦੀ ਸਮਰੱਥ ਦੇ ਨਾਲ ਸਾਨੂੰ ਇੱਕ ਅਲੱਗ ਅਨੁਭਵ ਹੁੰਦਾ। ਹਾਲੇਲੂਇਆ। ਕਿਉਂਕਿ ਪਰਮੇਸ਼ਵਰ ਦਾ ਕਲਾਮ ਸਾਡੇ ਅੰਦਰ ਆ, ਉਹ ਸਮਰੱਥ ਸਾਡੇ ਅੰਦਰ ਬਰਕਰਾਰ ਰਹਿਣੀ ਚਾਹੀਦੀ ਆ। ਪਿਛਲੇ ਦਿਨਾਂ ਦੇ ਵਿੱਚ ਮੇਰੇ ਜੀਵਨ 'ਚ, ਪਰਿਵਾਰ ਦੇ ਜੀਵਨ 'ਚ ਬਹੁਤ ਸਾਰੀ ਇੱਦਾਂ ਦੀਆਂ ਘਟਨਾਵਾਂ ਘਟੀਆਂ। ਬਹੁਤ ਸਾਰੇ ਇੱਦਾਂ ਦਾ ਦੌਰ ਆਇਆ ਕਿ ਮੈਨੂੰ ਇੱਦਾਂ ਲੱਗਦਾ ਸੀਗਾ ਕਿ ਮੈਨੂੰ ਹਰੇਕ ਬੰਦੇ ਨੇ ਕੀ ਕਰਤਾ? ਛੱਡਤਾ। ਮੈਨੂੰ ਹਰੇਕ ਬੰਦੇ ਨੇ ਕੀ ਕਰਤਾ? ਛੱਡਤਾ। ਮੈਨੂੰ ਵੀ ਮੈਂ ਕਈ ਵਾਰ ਮੇਰੇ ਇੱਦਾਂ ਵਿਚਾਰ ਆਉਂਦਾ ਸੀ, ਮੈਂ ਕਿਹਾ ਯਾਰ ਚੰਗਾ ਤੂੰ ਰੱਬ ਦੇ ਵਿੱਚ ਆਇਆ, ਤੇਰੇ ਨਾਲ ਕੋਈ ਸਿੱਧੇ ਮੂੰਹ ਗੱਲ ਹੀ ਨਹੀਂ ਕਰਦਾ। ਚੰਗਾ ਤੂੰ ਰੱਬ ਦੇ ਵਿੱਚ ਆਇਆ, ਤੈਨੂੰ ਘਰਦੇ ਨਹੀਂ ਤੇਰੇ ਨਾਲ ਗੱਲ ਕਰਦੇ। ਚੰਗਾ ਤੂੰ ਰੱਬ ਦੇ ਵਿੱਚ ਆਇਆ, ਫਿਰ ਮੈਂ ਉਹਨਾਂ ਨੂੰ ਕੀ ਕਰਦਾ ਸੀਗਾ? ਯਿਸੂ ਮਸੀਹ ਦੇ ਨਾਂ 'ਚ ਉਹਨਾਂ ਨੂੰ ਦੂਰ ਕਰ ਦਿੰਦਾ ਸੀ। ਕਿਉਂਕਿ ਮੈਨੂੰ ਪਤਾ ਕਿ ਇੱਕ ਮੈਂ ਦੌਰ 'ਚੋਂ ਗੁਜ਼ਰ ਰਿਹਾ ਤੇ ਪਰਮੇਸ਼ਵਰ ਨੇ ਮੈਨੂੰ ਤੇ ਮੇਰੀ ਵਾਈਫ ਨੂੰ ਪਿਛਲੇ 2 ਸਾਲਾਂ 'ਚ ਉਹ ਇੱਕ ਸਖਤ ਟਾਈਮ ਦੇ ਵਿੱਚੋਂ ਨਿਕਲਣ ਦੇ ਲਈ ਪ੍ਰਭੂ ਨੇ ਸਾਨੂੰ ਸਮਰੱਥ ਦਿੱਤੀ। ਹਾਲੇਲੂਇਆ। ਸਾਡੇ ਕੋਲ ਪੈਸੇ ਨਹੀਂ ਸੀਗੇ, ਸਾਨੂੰ ਨਹੀਂ ਪਤਾ ਬਗਾਨੇ ਸ਼ਹਿਰ 'ਚ ਕਿੱਦਾਂ ਰਹਿਣਾ, ਸਾਨੂੰ ਨਹੀਂ ਪਤਾ ਬੇਟੀ ਦਾ ਟ੍ਰੀਟਮੈਂਟ ਕਿੱਦਾਂ ਕਰਾਉਣਾ, ਸਾਨੂੰ ਨਹੀਂ ਪਤਾ ਪੈਸੇ ਕਿੱਥੋਂ ਆਉਗੇ, ਸਾਨੂੰ ਨਹੀਂ ਪਤਾ ਕੀ ਹੋਊਗਾ, ਸਾਨੂੰ ਕੁਛ ਨਹੀਂ ਪਤਾ। ਬਸ ਸਾਡਾ ਭਰੋਸਾ ਕਿਤੇ ਆ ਪਰਮੇਸ਼ਵਰ ਤੇ। ਕਿਉਂਕਿ ਮੈਂ ਕੀ ਕੀਤਾ? ਮੈਂ ਪਰਮੇਸ਼ਵਰ ਦੇ ਕਲਾਮ ਨੂੰ ਆਪਣੇ ਹਿਰਦੇ 'ਚ ਰੱਖ ਛੱਡਿਆ। ਮੈਂ ਕਿਹਾ ਪ੍ਰਭੂ ਜੀ ਪਿੱਛੇ ਨਹੀਂ ਹੋਊਗਾ ਜੋ ਮਰਜ਼ੀ ਹੋਵੇ, ਮੈਂ ਪਰਮੇਸ਼ਵਰ ਦੇ ਵਿੱਚ ਬਣਿਆ ਰਿਹਾ। ਉਹ ਆਪਣੀ ਮੇਰੀ ਕੋਈ ਖੂਬੀ ਲਿਆਕਤ ਨਹੀਂ ਸੀ, ਉਹ ਪਰਮੇਸ਼ਵਰ ਦੇ ਅਨੁਗ੍ਰਹਿ ਦਾ ਸਬੂਤ ਸੀਗਾ ਕਿ ਅਸੀਂ ਪਰਮੇਸ਼ਵਰ ਦੇ ਵਿੱਚ ਖੜੇ ਰਹੇ। ਨਹੀਂ ਤਾਂ ਮੈਂ ਇਹ ਸੋਚਦਾ ਹਾਂ, ਸ਼ਾਇਦ ਗਲਤ ਵੀ ਹੋ ਸਕਦਾ, ਕਿ ਜੋ ਜਿੱਦਾਂ ਦਾ ਦੌਰ ਮਿਲ ਰਿਹਾ ਵੀ ਮੈਂ ਪਹਿਲਾਂ ਕਿੱਦਾਂ ਦੀ ਜ਼ਿੰਦਗੀ ਸੀਗੀ, ਫਿਰ ਮੈਂ ਮਸੀਹ ਦੇ ਵਿੱਚ ਆਇਆ, ਮਸੀਹ ਦੇ ਵਿੱਚ ਆਉਣ ਤੋਂ ਬਾਅਦ ਇੱਕ ਹੋਰ ਨਵੀਂ ਪ੍ਰੋਬਲਮ, ਤੇ ਜੇ ਪਰਮੇਸ਼ਵਰ ਦਾ ਅਨੁਗ੍ਰਹਿ ਨਾ ਹੁੰਦਾ, ਜੇ ਪ੍ਰਭੂ ਦੀ ਸਮਰੱਥ ਮੇਰੇ ਤੇ ਨਾ ਕੰਮ ਕਰਦੀ ਤੇ ਸ਼ਾਇਦ ਅੱਜ ਮੈਂ ਕੀ ਆ ਪਿੱਛੇ ਹਟ ਜਾਂਦਾ। ਪਰ ਹਰ ਰੋਜ਼ ਪਰਮੇਸ਼ਵਰ ਦਾ ਅਨੁਗ੍ਰਹਿ ਇਹ ਦੱਸਦਾ ਕਿ ਮੈਂ ਤੇਰੇ ਨਾਲ ਹਰ ਰੋਜ਼। ਜਦੋਂ ਪਰਮੇਸ਼ਵਰ ਸਵੇਰੇ ਮੈਂ ਉੱਠਦਾ ਮੈਨੂੰ ਇਹ ਪਤਾ ਹੁੰਦਾ ਕਿ ਅੱਜ ਦਾ ਦਿਨ ਜਿਹੜਾ ਮੈਨੂੰ ਪਰਮੇਸ਼ਵਰ ਨੇ ਦਿਖਾਇਆ ਆ ਇਹ ਪਰਮੇਸ਼ਵਰ ਦੇ ਅਨੁਗ੍ਰਹਿ ਦਾ ਸਬੂਤ ਆ, ਤੇ ਅੱਜ ਮੈਂ ਕੀ ਕਰਨਾ? ਮੇਰੇ ਜੀਵਨ ਤੋਂ ਪਰਮੇਸ਼ਵਰ ਦੀ ਸਮਰੱਥ ਬਹਿਣੀ ਚਾਹੀਦੀ ਆ, ਮੇਰੇ ਬੋਲਣ ਤੋਂ ਪਰਮੇਸ਼ਵਰ ਦੀ ਸਮਰੱਥ ਬਹਿਣੀ ਚਾਹੀਦੀ ਆ, ਮੇਰੇ ਕੰਮ ਕਾਰ ਤੋਂ ਪਰਮੇਸ਼ਵਰ ਦੀ ਸਮਰੱਥ ਬਹਿਣੀ ਚਾਹੀਦੀ ਆ, ਤਾਂ ਕਿ ਮੈਂ ਇਸ ਚੀਜ਼ ਨੂੰ ਬਿਆਨ ਕਰ ਸਕਾਂ ਕਿ ਮਸੀਹ ਦੇ ਵਿੱਚ ਜਿਹੜਾ ਜੀਵਨ ਆ ਉਹ ਗੱਲਾਂ ਦਾ ਨਹੀਂ, ਉਹ ਸਮਰੱਥੀ ਜੀਵਨ ਆ। ਕਿਉਂਕਿ ਮਸੀਹ ਜੀਵਨ ਜਿਹੜਾ ਆ ਇੱਕ ਬੜਾ ਕਠਿਨ ਜੀਵਨ, ਤੁਹਾਨੂੰ ਹਰੇਕ ਹਰ ਰੋਜ਼ ਇੱਕ ਚੀਜ਼ ਦਾ ਸਾਹਮਣਾ ਕਰਨਾ ਪੈਂਦਾ ਤੁਹਾਨੂੰ ਹਰ ਰੋਜ਼। ਆ ਪਿਛਲੇ ਦਿਨਾਂ 'ਚ ਕੀ ਹੋਇਆ? ਮੇਰੇ ਮੰਮੀ ਕਿਤੇ ਪੈਸੇ ਰੱਖ ਕੇ ਭੁੱਲ ਗਏ
ਤੇ ਉਹਨਾਂ ਨੇ ਸਿੱਧਾ ਮੈਨੂੰ ਹੀ ਆਵਾਜ਼ ਮਾਰੀ, ਕਹਿੰਦੇ ਗੌਰੀ। ਮੈਂ ਕਿਹਾ ਹਾਂਜੀ। ਕਹਿੰਦੇ ਮੈਂ ਇੱਥੇ ਪੈਸੇ ਰੱਖੇ ਸੀਗੇ। ਮੈਂ ਕਿਹਾ ਬਾਬੀ ਮੈਨੂੰ ਕੀ ਪਤਾ। ਮੈਂ ਕਿਹਾ ਤੁਸੀਂ ਦੇਖੋ ਧਿਆਨ ਨਾਲ, ਤੇ ਉੱਥੇ ਹੀ ਸੀਗੇ। ਮਤਲਬ ਯਾਨੀ ਕਿ ਉਦੋਂ ਮੈਨੂੰ ਉਹ ਯਾਦ ਆਇਆ। ਮੈਂ ਕਿਹਾ ਵੀ ਦੇਖ, ਜਿਹੜੇ ਕੰਮ ਤੂੰ ਪਹਿਲਾਂ ਕਰਦਾ ਸੀਗਾ ਉਹੀ ਕੰਮਾਂ ਦੇ ਕਾਰਨ ਕੀ ਆ, ਤੇਰੀ ਮੰਮੀ ਨੇ ਤੈਨੂੰ ਆਵਾਜ਼ ਮਾਰੀ ਕਿ ਖਰੇ ਅੱਜ ਵੀ ਉਦਾਂ ਤਾਂ ਨਹੀਂ ਆ, ਪਰ ਪੈਸੇ ਉਦਾਂ ਹੀ ਉਹ ਕਿਤਾਬ ਦੇ ਵਿੱਚ ਹੀ ਪਏ ਸੀ। ਮੈਂ ਪਰਮੇਸ਼ਵਰ ਦਾ ਧੰਨਵਾਦ ਕੀਤਾ। ਮੈਨੂੰ ਗੁੱਸਾ ਨਹੀਂ ਆਇਆ, ਬਲਕਿ ਮੈਂ ਉਸ ਚੀਜ਼ ਤੋਂ ਇਹ ਸਿੱਖਿਆ ਕਿ ਅੱਜ ਮੇਰੇ ਵਿੱਚ ਕੀ ਆ, ਅੱਜ ਮੇਰੇ ਵਿੱਚ ਪਰਮੇਸ਼ਵਰ ਨੇ ਸਬਰ ਦੇ ਦਿੱਤਾ। ਨਹੀਂ ਤਾਂ ਮੈਂ ਕੀ ਕਰਦਾ, ਜੇ ਮੇਰੇ ਅੰਦਰ ਸਬਰ ਨਾ ਹੁੰਦਾ ਮੈਂ ਬੋਲ ਪੈਂਦਾ, ਜੇ ਮੇਰੇ ਅੰਦਰ ਬਦਲਾਵ ਨਾ ਹੁੰਦਾ ਮੈਂ ਮੰਮੀ ਦੇ ਨਾਲ ਬੋਲ ਪੈਂਦਾ, ਜੇ ਮੈਂ, ਕਿਉਂਕਿ ਪ੍ਰੈਕਟੀਕਲ ਜੀਵਨ ਆ ਨਾ, ਜੇ ਮੈਂ ਪ੍ਰੈਕਟੀਕਲ ਨਹੀਂ ਚੱਲੂੰਗਾ, ਜੇ ਅਨੁਭਵ ਦੇ ਨਾਲ ਨਹੀਂ ਚੱਲੂੰਗਾ ਤਾਂ ਗਿਰ ਜੂੰਗਾ, ਜੇ ਵਚਨ ਨੂੰ ਅਪਲਾਈ ਨਹੀਂ ਕਰੂੰਗਾ ਤੇ ਗਿਰ ਜੂੰਗਾ, ਜੇ ਵਚਨ ਦੇ ਅਨੁਸਾਰ ਨਹੀਂ ਚੱਲੂੰਗਾ ਤਾਂ ਗਿਰ ਜੂੰਗਾ, ਕਿਉਂਕਿ ਮੇਰੇ ਲਈ ਤਾਂ ਦਿੱਕਤਾਂ ਹੀ ਬਹੁਤ ਆ। ਮੇਰੇ ਲਈ ਤਾਂ ਇੱਕ ਨੋਰਮਲ ਬੰਦੇ ਲਈ ਜੇ 10 ਪਰੇਸ਼ਾਨੀਆਂ ਨਾ ਤਾਂ ਮੇਰੇ ਲਈ 90 ਪਰੇਸ਼ਾਨੀਆਂ ਆ ਇੱਕ ਟਾਈਮ ਤੇ। ਪਰ ਉਹ ਕੀ ਕਰਦਾ, ਉਹਨਾਂ ਤੇ ਵਿਜੇ ਕਿੱਦਾਂ ਪਾਉਂਦਾ ਮੈਂ, ਪਰਮੇਸ਼ਵਰ ਦੀ ਸਾਮਰ ਦੇ ਦੁਆਰਾ, ਕਿਉਂਕਿ ਪਰਮੇਸ਼ਵਰ ਨੇ ਆਪਣਾ ਪਾਕਰੂ ਜਿਹੜਾ ਸਾਨੂੰ ਦਿੱਤਾ ਉਹ ਪਾਕਰੂ ਹਮੇਸ਼ਾ ਗੱਲ ਕਰਦਾ ਰਹਿੰਦਾ ਕਿ ਨਹੀਂ ਆਹ ਗੱਲ ਨਹੀਂ ਹੈ, ਤਾਂ ਆਹ ਗੱਲ ਨਹੀਂ ਹੈ ਤਾਂ। ਤੇ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ ਕਿ ਇਹਨਾਂ ਦਿਨਾਂ 'ਚ, ਪਿਛਲੇ ਦਿਨਾਂ 'ਚ ਮੈਂ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਨਾ ਸਿੱਖਿਆ ਕਿ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣ ਕੇ ਉਹਦੇ ਕੰਮ ਕਿੱਦਾਂ ਕਰਨਾ ਹੈ। ਜੇ ਪਰਮੇਸ਼ਵਰ ਕਹਿ ਰਹੇ ਆ ਕਿ ਭਾਈ ਆਹ ਚੀਜ਼ ਇਹ ਬੰਦੇ ਨੂੰ ਦੇ ਤਾਂ ਭਾਈ ਦੇ ਦਿਓ, ਕੀ ਆ ਸਾਡੇ ਲਈ ਉਹਦੇ ਤੋਂ ਉੱਤਮ ਚੀਜ਼ ਪਰਮੇਸ਼ਵਰ ਨੇ ਰੱਖੀ ਹੋਈ ਹੈ। ਹਾਲੇਲੂਇਆ। ਕਿਉਂਕਿ ਮਸੀਹ ਜੀਵਨ ਜਿਹੜਾ ਆ, ਸੇਵਾ ਜਿਹੜੀ ਆ, ਉਹ ਸੇਵਾ ਇਹ ਆ, ਸੇਵਾ ਮਸੀਹ ਜਿਹੜਾ ਵਿਅਕਤੀ ਆ, ਜਿਹੜਾ ਵਿਸ਼ਵਾਸੀ ਆ, ਜਿਹੜਾ ਪ੍ਰਭੂ ਦੇ ਵਿੱਚ ਚੱਲਦਾ ਆ, ਜਿਹਨੇ ਮਸੀਹ ਨੂੰ ਆਪਣਾ ਜੀਵਨ ਦੇ ਦਿੱਤਾ। ਕਿਉਂਕਿ ਗੱਲਾਂ ਦਾ ਨਹੀਂ ਆ ਨਾ, ਯੇਸ਼ੂ ਮਸੀਹ ਕਹਿੰਦੇ ਕਹਿੰਦੇ ਯਾਰ ਤੁਸੀਂ ਮੈਨੂੰ ਜੇਲ੍ਹ 'ਚ ਮਿਲਣ ਨਹੀਂ ਆਏ, ਤੁਸੀਂ, ਮੈਂ ਭੁੱਖਾ ਸੀ ਤੁਸੀਂ ਮੈਨੂੰ ਰੋਟੀ ਨਹੀਂ ਦਿੱਤੀ, ਮੈਂ ਬਿਮਾਰ ਸੀ ਤੁਸੀਂ ਮੈਨੂੰ ਦਵਾਈ ਨਹੀਂ ਦਿੱਤੀ। ਉਹ ਕਹਿੰਦੇ ਪ੍ਰਭੂ ਅਸੀਂ ਨਾ ਤੁਹਾਨੂੰ ਕਦੀ ਦੇਖੇ ਨਹੀਂ ਵੀ ਤੁਸੀਂ ਬਿਮਾਰ ਹੋ ਜਾਂ ਭੁੱਖੇ ਹੋ ਜਾਂ ਤੁਸੀਂ ਜੇਲ੍ਹ 'ਚ ਹੋ। ਕਿਉਂਕਿ ਪਰਮੇਸ਼ਵਰ ਦਾ ਰਾਜ ਗੱਲਾਂ ਦਾ ਨਹੀਂ ਆ। ਬੱਚਾ ਕਹਿੰਦਾ ਕਿ ਅਨਾਥਾਂ ਦੀ ਵਿਧਵਾਵਾਂ ਦੀ ਸੁਧੀ ਲਓ ਤਾਂ ਲਵੋ, ਕਿਉਂਕਿ ਉਹ ਸਾਨੂੰ ਕਰਨਾ ਆ। ਕਿਉਂਕਿ ਬੱਚਨ ਨੇ ਆ ਕੇ, ਕਿਉਂਕਿ ਯੇਸ਼ੂ ਮਸੀਹ ਨੇ ਕਿਹਾ ਕਿ ਜਿਹੜਾ ਮੈਨੂੰ ਪ੍ਰੇਮ ਕਰਦਾ ਆ ਉਹ ਮੇਰੀ ਆਗਿਆ ਦਾ ਕੀ ਕਰਦਾ, ਪਾਲਣ ਕਰਦਾ। ਹੁਣ ਅਸੀਂ ਆਪਣੇ ਆਪ ਨੂੰ ਦੇਖ ਸਕਦੇ ਹਾਂ ਕਿ ਅਸੀਂ ਯੇਸ਼ੂ ਮਸੀਹ ਨੂੰ ਕਿੰਨਾ ਕੁ ਪ੍ਰੇਮ ਕਰਦੇ ਹਾਂ, ਕਿ ਵਾਕਈ ਜੇ ਅਸੀਂ ਦਿਲੋਂ ਪ੍ਰੇਮ ਕਰਦੇ ਹਾਂ ਜਿੱਦਾਂ ਯੇਸ਼ੂ ਮਸੀਹ ਨੇ ਕਿਹਾ ਕਿ ਤੁਸੀਂ ਮੈਨੂੰ ਪ੍ਰੇਮ ਕਰੋ, ਜੇ ਸਾਡਾ ਉਹਦੇ ਵੀ ਤਰੀਕਾ ਪ੍ਰੇਮ ਕਰਨ ਦਾ ਕੀ, ਤੇ ਕਿਆ ਅਸੀਂ ਪਰਮੇਸ਼ਵਰ ਦੀ ਆਗਿਆਵਾਂ ਨੂੰ ਮੰਨਦੇ ਹਾਂ, ਕਿ ਪਰਮੇਸ਼ਵਰ ਜਿੱਦਾਂ ਕਹਿੰਦੇ ਵੀ ਸਾਡਾ ਵਚਨ ਹੋਣਾ ਚਾਹੀਦਾ ਵੀ ਉਦਾਂ ਅਸੀਂ ਚੱਲਦੇ ਹਾਂ। ਕਿਉਂਕਿ ਇਹ ਬਹੁਤ ਜ਼ਰੂਰੀ ਆ, ਕਿਉਂਕਿ ਗੱਲਾਂ ਐਕਸ਼ਨ, ਜਿਹੜਾ ਮੈਂ ਦੱਸਿਆ ਐਕਸ਼ਨ ਸਪੀਕ ਲਾਊਡਰ ਦੈਨ ਵਰਡਸ। ਇਹ ਟੌਪਿਕ ਮੈਂ ਨਸ਼ਾ ਮੁਕਤੀ ਕੇਂਦਰ 'ਚ ਸੀਗਾ, ਉਦੋਂ ਮੈਂ ਨਸ਼ਾ ਕਰਦਾ ਸੀਗਾ, ਉਦੋਂ ਮੇਰੇ ਘਰਦੇ ਨੇ ਉੱਥੇ ਚੰਡੀਗੜ੍ਹ ਰੋਡ 'ਤੇ ਇੱਕ ਨਸ਼ਾ ਮੁਕਤੀ ਕੇਂਦਰ ਆ, ਮੈਨੂੰ ਉੱਥੇ ਛੱਡਿਆ। ਉੱਥੇ ਕੁਛ ਸਲੋਗਨ ਲਿਖੇ ਹੋਏ ਸੀਗੇ, ਐਕਸ਼ਨ ਸਪੀਕ ਲਾਊਡਰ ਦੈਨ ਵਰਡਸ, ਲੈਟ ਗੋ ਲੈਟ ਗੋਡ, ਮਤਲਬ ਕਾਫੀ ਇੱਦਾਂ ਦੀਆਂ ਚੀਜ਼ਾਂ ਸੀਗੀਆਂ। ਉਹਨਾਂ ਨੂੰ ਮੈਂ ਕੀ ਕਰਦਾ ਹੁਣ, ਜਦੋਂ ਪਰਮੇਸ਼ਵਰ ਮੈਨੂੰ ਕੋਈ ਵਿਸ਼ੇ ਦਿੰਦੇ, ਮੈਂ ਉਹ ਅਨੁਭਵ ਨੂੰ ਵੀ ਕੀ ਕਰਦਾ ਆ, ਇਕੱਠਾ ਕਰਕੇ ਪਰਮੇਸ਼ਵਰ ਦਾ ਕਲਾਮ ਪੇਸ਼ ਕਰਦਾ। ਕਿਉਂਕਿ ਸਾਡੇ ਜੀਵਨ ਤੋਂ ਜਿੱਦਾਂ ਮੈਂ ਕਿਹਾ, ਸਾਮਰਥ ਜਿਹੜੀ ਆ ਉਹ ਹੋਣੀ ਚਾਹੀਦੀ ਆ। ਮੇਰੇ ਨੇ ਆਇਤ ਬਣਿਆ ਦੂਸਰਾ ਕਰੰਥੀਓ, ਉਹਦਾ 12 ਅਧਿਆਇ, ਉਹਦੀ 9-10 ਪੜ੍ਹ। ਦੂਸਰਾ ਗ੍ਰੰਥੀਓ 12 ਅਧਿਆਇ ਉਹਦੀ 9-10। ਅਤੇ ਉਸਨੇ ਮੈਨੂੰ ਆਖਿਆ ਕਿ ਮੇਰੀ ਕਿਰਪਾ ਹੀ ਤੇਰੇ ਲਈ ਬਹੁਤ ਹੈ, ਕਿਉਂ ਜੋ ਮੇਰੀ ਸ਼ਕਤੀ ਕਮਜ਼ੋਰੀਆਂ ਵਿੱਚ ਸਿੱਧ ਹੁੰਦੀ ਹੈ। ਇਸ ਲਈ ਮੈਂ ਆਪਣੀਆਂ ਕਮਜ਼ੋਰੀਆਂ ਉੱਤੇ ਵੱਡੇ ਆਨੰਦ ਨਾਲ ਮਾਣ ਕਰਾਂਗਾ, ਤਾਂ ਜੋ ਮਸੀਹ ਦੀ ਸਮਰੱਥਾ ਮੇਰੇ ਉੱਤੇ ਬਣੀ ਰਹੇ। ਹਾਲੇਲੂਇਆ। ਹਾਲੇਲੂਇਆ। ਇੱਥੇ ਪ੍ਰਭੂ ਦਾ ਦਾਸ ਕੀ ਕਹਿੰਦਾ, ਕਹਿੰਦਾ ਪਰਮੇਸ਼ਵਰ ਨੇ ਮੈਨੂੰ ਕਿਹਾ ਕਿ ਜਦੋਂ ਤੂੰ ਕਮਜ਼ੋਰ ਆ ਉਦੋਂ ਮੇਰੀ ਸ਼ਕਤੀ ਕੀ ਆ ਤੇਤੇ ਹੋਊਗੀ, ਤੇ ਉਹਦੀ ਸਮਰੱਥ ਪਰਮੇਸ਼ਵਰ ਦੀ ਬਣੀ ਰਹੂਗੀ। ਜੇ ਅਸੀਂ ਨਿਰਬਲ ਆ, ਇਹਦਾ ਮਤਲਬ ਇਹ ਨਹੀਂ ਆ ਵੀ ਅਸੀਂ ਕੁਛ ਕਰ ਨਹੀਂ ਸਕਦੇ। ਜੇ ਸਾਡੇ ਕੋਲ ਸਾਰਾ ਕੁਛ ਲੈ ਲਿੱਤਾ ਗਿਆ, ਸਾਡੇ ਕੋਲ ਸਭ ਕੁਛ ਖੋ ਦਿੱਤਾ ਗਿਆ, ਉਹ ਪਹਿਲਾਂ ਨੂੰ ਪੈਸੇ ਨਹੀਂ ਹੈਗੇ ਆ, ਘਰ ਬਾਰ ਨਹੀਂ ਹੈਗਾ ਆ, ਜ਼ਮੀਨ ਜਾਇਦਾਦ ਨਹੀਂ ਹੈਗੀ ਆ, ਕੁਛ ਨਹੀਂ ਆ, ਮਤਲਬ ਦੁਨਿਆਵੀ ਆਸ਼ੀਸ਼ਾਂ ਦੀ ਗੱਲ ਕਰ ਰਿਹਾ, ਤੇ ਇਹਦਾ ਮਤਲਬ ਇਹ ਨਹੀਂ ਆ ਵੀ ਸਾਡੇ ਕੋਲ ਕੁਛ ਨਹੀਂ ਆ। ਪਰ ਸਾਡੇ ਕੋਲ ਬਹੁਮੁੱਲੇ ਚੀਜ਼ ਜਿਹੜੀ ਆ ਉਹ ਪਰਮੇਸ਼ਵਰ ਦਾ ਕਲਾਮ।
ਪਰਮੇਸ਼ੁਰ ਦੇ ਕਲਾਮ ਦੇ ਦੁਆਰਾ ਕੀ ਆ ਸਾਡੀ ਕਮਜ਼ੋਰੀਆਂ ਜੇ ਪਰਮੇਸ਼ੁਰ ਸਾਨੂੰ ਕੀ ਕਰ ਦਿੰਦਾ ਖੜਾ ਕਰ ਦਿੰਦਾ ਕਿਉਂਕਿ ਉਹਦੀ ਸਾਮਰਥ ਸਾਡੀ ਕਮਜ਼ੋਰੀਆਂ ਦੇ ਵਿੱਚ ਹੀ ਕੀ ਕਰਦੀ ਆ ਸਾਡੇ ਤੇ ਛਾਇਆ ਕਰਦੀ ਆ ਤੇ ਉਹ ਛਾਇਆ ਉਦੋਂ ਕਰੂਗੀ ਪਰਮੇਸ਼ੁਰ ਦੀ ਸਾਮਰਥ ਜਦੋਂ ਅਸੀਂ ਪਰਮੇਸ਼ੁਰ ਨੂੰ ਆਪਣੇ ਆਪ ਨੂੰ ਸੌਂਪਾਂਗੇ ਜਦ ਤੱਕ ਆਪਣੇ ਆਪ ਨੂੰ ਸੌਂਪਾਂਗੇ ਨਹੀਂ ਪਰਮੇਸ਼ੁਰ ਦਾ ਕਲਾਮ ਸਾਡੇ ਜੀਵਨ 'ਚ ਕਿੱਦਾਂ ਕੰਮ ਕਰੂਗਾ ਪਤਰਸ ਨੇ ਆ ਕੇ ਯੇਸ਼ੂ ਮਸੀਹ ਦੇ ਚਰਨਾਂ 'ਚ ਗਿਰ ਗਿਆ ਉਹ ਕਹਿੰਦਾ ਪ੍ਰਭੂ ਜੀ ਮੈਂ ਪਾਪੀ ਹਾਂ ਮੇਰੇ ਕੋਲੋਂ ਕੀ ਕਰੋ ਚਲੇ ਜਾਓ ਗਿਰਨ ਤੋਂ ਆਪਾਂ ਦੇਖ ਸਕਦੇ ਹਾਂ ਕਿ ਉਹਨੇ ਆਪਣੇ ਆ ਕੇ ਹੱਥ ਖੜੇ ਕਰਦੇ ਵੀ ਪ੍ਰਭੂ ਜੀ ਮੈਂ ਪਾਪੀ ਹਾਂ ਗਿਰ ਗਿਆ ਯਾਨੀ ਕਿ ਆਪਣੇ ਆਪ ਨੂੰ ਦੀਨ ਕਰ ਲਿਆ ਹਲੀਮ ਕਰ ਲਿਆ ਕਿ ਪ੍ਰਭੂ ਮੈਂ ਕੁਛ ਨਹੀਂ ਹਾਂ ਮੇਰੇ ਕੋਲ ਚਲ ਜਾ ਕਿਉਂਕਿ ਉਹਨੇ ਪ੍ਰਭੂ ਦੀ ਸਾਮਰਥ ਨੂੰ ਕੀ ਕੀਤਾ ਮਹਿਸੂਸ ਕਰ ਲਿਆ ਹਾਲੇਲੂਯਾ ਉਹਨੇ ਆਪਣੇ ਜਦੋਂ ਅਸੀਂ ਆਪਣੇ ਆਪ ਨੂੰ ਦੀਨ ਕਰਦੇ ਹਾਂ ਹਲੀਮ ਕਰਦੇ ਹਾਂ ਪ੍ਰਭੂ ਦੇ ਅੱਗੇ ਆਪਣੇ ਆਪ ਨੂੰ ਝੁਕਾ ਦਿੰਦੇ ਹਾਂ ਆਪਣਾ ਜੀਵਨ ਪ੍ਰਭੂ ਨੂੰ ਦੇ ਦਿੰਦੇ ਹਾਂ ਫਿਰ ਕੀ ਕਰਦਾ ਫਿਰ ਪਤਰਸ ਨੂੰ ਯੇਸ਼ੂ ਮਸੀਹ ਨੇ ਕੀ ਕਿਹਾ ਕਿ ਆ ਜਾ ਮੈਂ ਤੈਨੂੰ ਕੀ ਕਰਦਾ ਬੰਦੇ ਫੜਨ ਵਾਲਾ ਬਣਾ ਦਿੰਦਾ ਹਾਲੇਲੂਯਾ ਕਿਉਂਕਿ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਨਿਰਬਲਤਾਵਾਂ ਦੇ ਵਿੱਚ ਸਾਡੇ ਜਦੋਂ ਪਰਿਵਾਰ 'ਚ ਦੁੱਖ ਤਕਲੀਫ ਪਰੇਸ਼ਾਨੀ ਤੰਗੀ ਮੁਸੀਬਤ ਆ ਜਦੋਂ ਸਾਡੇ ਕੰਮ ਕਾਜ ਨਹੀਂ ਹੈਗਾ ਜਦੋਂ ਸਾਨੂੰ ਕੁਛ ਦਿਖ ਨਹੀਂ ਰਿਹਾ ਜੇ ਅਸੀਂ ਚਾਹੁੰਦੇ ਹਾਂ ਕਿ ਉਸ ਟਾਈਮ ਪਰਮੇਸ਼ੁਰ ਦੀ ਸਾਮਰਥ ਸਾਡੇ ਘਰੇ ਸਾਡੇ ਵਿੱਚ ਸਾਡੇ ਪਰਿਵਾਰ 'ਚ ਸਾਡੇ ਦੁੱਖਾਂ 'ਚ ਸਾਡੀ ਪਰੇਸ਼ਾਨੀਆਂ 'ਚ ਕੀ ਕਰੇ ਕੰਮ ਕਰੇ ਤਾਂ ਸਾਨੂੰ ਪਰਮੇਸ਼ੁਰ ਦੇ ਅੱਗੇ ਆਪਣੇ ਘੁੱਟਣੇ ਟੇਕਣੇ ਪਊਗੇ ਹਾਲੇਲੂਯਾ ਸਾਨੂੰ ਪਰਮੇਸ਼ੁਰ ਦੇ ਅੱਗੇ ਆਪਣੇ ਆਪ ਨੂੰ ਦੀਨ ਕਰਨਾ ਪਊਗਾ ਹਲੀਮ ਕਰਨਾ ਪਊਗਾ ਪਰਮੇਸ਼ੁਰ ਨੂੰ ਕਹਿਣਾ ਪਊਗਾ ਕਿ ਪ੍ਰਭੂ ਤੂੰ ਮੇਰੇ ਜੀਵਨ 'ਚ ਕੀ ਕਰ ਕੰਮ ਕਰ ਪ੍ਰਭੂ ਮੇਰੇ ਜੀਵਨ 'ਚ ਕੀ ਹੈ ਛੁਟਕਾਰਾ ਲੈ ਕੇ ਆ ਪ੍ਰਭੂ ਮੇਰੇ ਜੀਵਨ 'ਚ ਕੀ ਆ ਮੈਨੂੰ ਦੁੱਖਾਂ 'ਚੋਂ ਕੱਢ ਲੈ ਕਿ ਮੈਂ ਜਦੋਂ ਪ੍ਰਭੂ ਨੂੰ ਦੁੱਖ ਤੰਗੀ ਤਕਲੀਫ 'ਚ ਪੁਕਾਰਾਂ ਤਾਂ ਪਰਮੇਸ਼ੁਰ ਮੇਰੀ ਸੁਣਨਾ ਤੇ ਸੁਣ ਕੇ ਉਹਦਾ ਕੀ ਕਰਦਾ ਜਵਾਬ ਦਿੰਦਾ ਉਹ ਜਵਾਬ ਉਹਦਾ ਕੀ ਆ ਸਾਡੇ ਉੱਤੇ ਪਰਮੇਸ਼ੁਰ ਦੀ ਛਾਇਆ ਸਾਬਤ ਕਰਦੀ ਆ ਤੇ ਅਸੀਂ ਉਹ ਦੁੱਖ ਤਕਲੀਫ ਪਰੇਸ਼ਾਨੀ 'ਚੋਂ ਕੀ ਆ ਉਭਰ ਆਉਂਦੇ ਹਾਂ ਕਿਉਂਕਿ ਪਰਮੇਸ਼ੁਰ ਦਾ ਵਚਨ ਕਹਿੰਦਾ ਆ ਪਰਮੇਸ਼ੁਰ ਦਾ ਰਾਜ ਜਿਹੜਾ ਉਹ ਗੱਲਾਂ ਦਾ ਕੀ ਆ ਸਾਮਰਥ ਦਾ ਹੈ ਇੱਕ ਛੋਟੀ ਜਿਹੀ ਸਟੋਰੀ ਸੁਣਾ ਕੇ ਮੈਂ ਬਹਿਣਾ ਚਾਹੂੰਗਾ ਉਹ ਮੈਨੂੰ ਮੈਂ ਵਿਸ਼ਵਾਸ ਕਰਦਾ ਕਿ ਉਹ ਤੁਹਾਨੂੰ ਇਨਕਰੇਜ ਕਰੂਗੀ ਇੱਕ ਹੰਗੇਰੀਅਨ ਆਦਮੀ ਸੀਗਾ ਕੈਰਲੀ ਉਹਦੀ ਕੀ ਆ ਉਹ ਆਪਣੇ ਦੇਸ਼ ਦਾ ਸਭ ਤੋਂ ਬੈਸਟ ਸ਼ੂਟਰ ਸੀਗਾ ਤੁਸੀਂ ਹੋ ਸਕਦਾ ਕਿ ਜਿਹੜੇ ਨੇ ਸੁਣੀ ਵੀ ਹੋਵੇ ਉਹ ਆਪਣੇ ਦੇਸ਼ ਦਾ ਬੈਸਟ ਸ਼ੂਟਰ ਸੀਗਾ ਪਿਸਟਲ ਸ਼ੂਟਰ ਉਹ ਆਰਮੀ ਦੇ ਵਿੱਚ ਸੀਗਾ ਉਹਦੇ ਕੀ ਆ ਪ੍ਰਸ਼ਿਕਸ਼ਣ ਚੱਲ ਰਿਹਾ ਸੀਗਾ ਟ੍ਰੇਨਿੰਗ ਚੱਲ ਰਹੀ ਸੀ ਉਹਦੇ ਹੱਥ 'ਚ ਕੀ ਆ ਬੰਬ ਫੁੱਟ ਗਿਆ ਅਤੇ ਉਹਦਾ ਹੱਥ ਕੀ ਆ ਕੱਟਣਾ ਪੈ ਗਿਆ ਉਹ ਸਾਲ ਤੋਂ ਅਗਲੇ ਕੀ ਆ ਓਲੰਪਿਕਸ ਦੇ ਲਈ ਉਹ ਬੰਦੇ ਨੇ ਜਾਣਾ ਸੀਗਾ ਪਰ ਜਿਹੜਾ ਉਹਦਾ ਸਭ ਤੋਂ ਬੈਸਟ ਹੈਂਡ ਆ ਜਿਹਦੇ ਨਾਲ ਉਹਨੇ ਕੀ ਆ ਆਪਣੇ ਦੇਸ਼ 'ਚ ਨਾ ਕਮਾਇਆ ਉਹੀ ਹੱਥ ਕੀ ਆ ਉਹਦਾ ਕੱਟ ਗਿਆ ਪਰ ਉਹਨੇ ਕੀ ਆ ਉਹਨੇ ਉਸ ਬੰਦੇ ਨੇ ਹਾਰ ਨਹੀਂ ਮੰਨੀ ਉਹ ਡਾਕਟਰ ਕੋਲ ਗਿਆ ਡਾਕਟਰ ਨੇ ਉਹਦਾ ਆਪਰੇਟ ਕੀਤਾ ਉਹ ਬਾਂਹ ਕੱਟਤੀ ਉਹ ਬੰਦਾ ਹਾਰਿਆ ਨਹੀਂ ਉਹਨੇ ਕੀ ਕੀਤਾ ਉਹਨੇ ਇਸ ਹੱਥ ਦੇ ਨਾਲ ਕੀ ਆ ਪ੍ਰੈਕਟਿਸ ਕਰਨੀ ਸ਼ੁਰੂ ਕਰਤੀ ਜਦਕਿ ਉਹ ਬੈਸਟ ਪਿਸਟਲ ਸ਼ੂਟਰ ਸੀਗਾ ਆਲੇ ਹੱਥ ਦਾ ਤੇ ਫਿਰ ਕੀ ਆ ਅਗਲੇ ਸਾਲ ਫਿਰ ਕੰਪੀਟੀਸ਼ਨ ਆ ਵਰਲਡ ਦਾ ਓਲੰਪਿਕਸ ਆ ਉੱਥੇ ਸਾਰੇ ਖੜੇ ਆ ਉਹ ਵੀ ਗਿਆ ਉੱਥੇ ਸਾਰਿਆਂ ਨੇ ਕੀ ਕਿਹਾ ਉਹਨੂੰ ਬੜੀਆਂ ਤਾੜੀਆਂ ਮਾਰ ਕੇ ਉਹਦਾ ਸਵਾਗਤ ਕੀਤਾ ਉਹਨੇ ਕਿਹਾ ਵੀ ਇਹ ਅਸਲੀ ਸਪੋਰਟਸਮੈਨਸ਼ਿਪ ਆ ਵੀ ਜਿਹੜਾ ਸਾਨੂੰ ਇਨਕਰੇਜ ਕਰਨ ਆਇਆ ਉਹ ਅੱਗੇ ਉਹਨਾਂ ਨੂੰ ਕੀ ਕਹਿੰਦਾ ਕਹਿੰਦਾ ਮੈਂ ਤੁਹਾਨੂੰ ਇਨਕਰੇਜ ਕਰਨ ਨਹੀਂ ਆਇਆ ਕਹਿੰਦਾ ਮੈਂ ਖੁਦ ਹਿੱਸਾ ਲੈਣ ਆਇਆ ਜਦਕਿ ਸਾਰੇ ਆਪਣੇ ਸਭ ਤੋਂ ਵਧੀਆ ਹੱਥ ਦੇ ਨਾਲ ਕੀ ਆ ਉਸ 'ਚ ਪਾਰਟੀਸਪੇਟ ਕਰ ਰਹੇ ਆ ਤੇ ਉਹ ਬੰਦਾ ਸਿਰਫ ਇੱਕੋ ਹੀ ਹੱਥ ਦੇ ਨਾਲ ਜਿਹਨਾਂ ਉਹਨੇ ਪ੍ਰੈਕਟਿਸ ਕਰ ਕਰਕੇ ਦੁਬਾਰਾ ਸਿੱਖਿਆ ਉਹ ਹੱਥ ਲੈ ਕੇ ਉਹ ਕੀ ਆ ਉੱਥੇ ਗਿਆ ਤੇ ਉਹਨੇ ਉਹ ਓਲੰਪਿਕਸ ਕੀ ਆ ਉਹ ਬੰਦੇ ਨੇ ਜਿੱਤ ਲਈ ਹਾਲੇਲੂਯਾ ਤੇ ਸਾਡੇ ਕੋਲ ਵੀ ਕੀ ਆ ਜੋ ਪਰਮੇਸ਼ੁਰ ਦੀ ਸਾਮਰਥ ਆ ਉਹ ਬੰਦੇ ਨੇ ਇੱਧਰ ਹੱਥ ਚੱਲਿਆ ਜਿਹੜਾ ਸਭ ਤੋਂ ਬੈਸਟ ਹੈਂਡ ਸੀਗਾ ਉਹਦਾ ਸ਼ੂਟਿੰਗ ਪਿਸਟਲ ਵਾਲਾ ਪਰ ਉਹਨੇ ਇਸ ਹੱਥ ਦੇ ਨਾਲ ਪ੍ਰੈਕਟਿਸ ਕਰ ਕਰਕੇ ਕੀ ਆ ਦੁਬਾਰਾ ਓਲੰਪਿਕਸ ਕੀ ਆ ਜਿੱਤੀਆਂ ਤੇ ਸਾਡੇ ਜੀਵਨ 'ਚ ਵੀ ਅਸੀਂ ਗੱਲਾਂ ਕਰਨ ਵਾਲੇ ਨਹੀਂ ਰਹਿਣਾ ਸਿਰਫ ਗੱਲਾਂ ਨਹੀਂ ਅਸੀਂ ਕਰਨੀਆਂ ਅਸੀਂ ਪਰਮੇਸ਼ੁਰ ਦੀ ਸੇਵਕਾਈ ਨੂੰ ਵਧਾਉਣ ਦੇ ਲਈ ਜੇ ਅਸੀਂ ਆਪਣਾ ਜੀਵਨ ਦਿੱਤਾ ਆ ਜੇ ਅਸੀਂ ਕਿਹਾ ਕਿ ਮੈਂ ਜੀਵਨ ਭਰ ਮੈਂ ਪ੍ਰਭੂ ਤੇਰੀ ਸੇਵਾ ਕਰੂੰਗਾ ਮੇਰਾ ਘਰਾਨਾ ਤੇਰੀ ਸੇਵਾ ਕਰੂੰਗਾ ਤੇ ਸਾਨੂੰ ਉਹ ਕੰਮ ਕਰਨੇ ਆ ਫਿਰ ਚਾਹੇ ਕੋਈ ਵੀ ਪਰਿਸਥਿਤੀ ਹੋਵੇ ਚਾਹੇ ਕੋਈ ਵੀ ਅੱਗੇ ਕਿਉਂ ਨਾ ਕਿੱਡਾ ਵੱਡਾ ਪਹਾੜ ਵੀ ਖੜਾ ਹੋਵੇ ਅਸੀਂ ਕੀ ਕਰਨਾ ਅਸੀਂ ਪਰਮੇਸ਼ੁਰ ਦੇ ਦੁਆਰਾ ਸਾਮਰਥ ਪ੍ਰਾਪਤ ਕਰਕੇ ਉਸ ਤੇ ਕੀ ਕਰ ਲੈਣੀ ਵਿਜੇ ਪਾ ਲੈਣੀ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਇਸ ਵਚਨ ਦੇ ਦੁਆਰਾ ਆਸ਼ੀਰਵਾਦ